चल बाहर। मैं जब बाहर आई तो मैनू कहिंदा चल कपड़े खोल, तो फिर मैं कहा भाजी मैनू माफ़ कर दो, मैं तुहाडी भैण वर्गी इदां ना करो, मैं पैगनेट वहां। तो कहिंदा बेशक होवे पैगनेट, तू खोलदी कि नहीं खोलदी, नहीं तो मैं फिर मारा तेरे घर नू फिर जाके, तेरे मैं फिर कुड़ी नू फड़ लैंदा आ। तो फिर मैं कपड़े खोल मतलब बहुत गलत गलत हरकत करता। मेरा प्रश्न होया ही, मेरा घर वाला गुरमीत सिंह मेरिया फोटो ग्रुपा च मेरिया मेरी भरजाई दियाँ मेरी भैन दियाँ नंबर पा के गंदे गंदे ग्रुपा च फोटो पाइया। कुछ ने सुते हुए से रात के एक बजे जो मैनू चिक्कां दी आवाज़ आई, मेरे हसबेंड नू मारन डिया सीगा, ते मैनू लग्या खरे पता नहीं कि कोई सुपना सपना आया। जिन गुरमीत जिहड़ा साडा भाई आया ननान दा घर वाला, ते मैं फिर उठी ते मैं कहा भाजी ना मारो माफ कर दो कोई गल नहीं। ते कहंदा तू पर ने ते मैं तेरे भी मार देनी, उन्हें इन्ना कुट्टिया पहला कुट कट के फिर बाद च मेरा मूँह बंद करता। ते कहंदा तेरी आवाज़ नहीं आनी चाहिए, मैं चिक्का की मारनी, इन्हें मेरा मूँह ही बंद कराता। ते फिर वह कहंदा इन्हें मैं मार देना, उन्होंने धमकियां देन डिया, फिर बाद च चुन्नी ना बन दिता लत्तां बाहां। ते फिर मैनू कहंदा चल बाहर। मैं जब बाहर आई तो मैनू कहंदा चल कपड़े खोल, तो फिर मैं कहा भाजी मैनू माफ़ कर दो, मैं थोड़ी भैन वर्गी इदा ना करो, मैं पैगनेट वहां। तो कहंदा बेशक होवे पैगनेट, तू खोलदी कि नहीं खोलदी, नहीं तो मैं फिर मारा तेरे घर नू फिर जाके। तो मैं फिर माफ़ी, मैं कहा नहीं भाजी मैं नहीं खोलने। फिर मेरे उन्हें बट के चपेड़ मारी मूँह ते, फिर मुक्कियां मेरी मुक्कियां भी मारी ढिड ते। तो कहंदा जे तू नहीं करेंगे तो फिर तेरे घर नू मार देंगे, तेरी मैं फिर कुड़ी नू फड़ लैंदा आ। तो फिर मैनू कपड़े खोल, कुड़ी 6 साल लग्या आ गुरमीत ਚਵਾਲ ਦਾ। ਹਾਂਜੀ, ਫਿਰ ਉਸ ਤੋਂ ਇਹਨੇ ਮੈਨੂੰ ਟੋਰਚਰ ਕੀਤਾ, ਮੈਨੂੰ ਇੰਨੇ ਇੰਨੇ ਗੰਦੇ ਗੰਦੇ ਉਹਨੇ ਕੀਤਾ। ਫਿਰ ਬਾਅਦ 'ਚ ਫਿਰ ਕੁਛ ਨਹੀਂ, ਫਿਰ ਕੀ ਚਾਹੁੰਦੇ ਇਹ ਕਹਿੰਦੇ ਵੀ ਉਹਨੂੰ ਫੜਿਆ ਜਾਵੇ, ਅਤੇ ਉਹ ਕਹਿੰਦਾ ਜੋ ਕੁਛ ਮਰਜ਼ੀ ਕਰ ਲਓ, ਉਹਨੇ ਇੰਨੀ ਵੀ ਗੱਲ ਕਹੀ ਆ, ਕਹਿੰਦਾ ਫੜਿਆ ਮੈਂ ਫਿਰ ਵੀ ਨਹੀਂ ਜਾਣਾ ਹੈਗਾ। ਅਤੇ ਹੁਣ ਉਹਦੀ ਮਾਂ ਵੀ ਸ਼ਾਮਲ ਸੀ, ਮਾਂ ਨੂੰ ਵੀ ਫੋਨ ਕਰਦਾ ਸੀਗਾ, ਕਹਿੰਦੀ ਤੂੰ ਭੇਜ ਦਿੰਦੀ ਆਪਣੀ ਨਣਾਨ ਨੂੰ, ਤਾਂ ਇਹ ਤੱਕ ਨਹੀਂ ਹੋਣਾ ਸੀ, ਕਹਿੰਦਾ ਤੇਰੇ ਉਹਨਾਂ ਨੇ ਇਹ ਵੀ ਕਿਹਾ ਤੇਰੇ ਕਰਕੇ ਹੋਇਆ ਆ, ਅਤੇ ਤੂੰ ਨਹੀਂ ਭੇਜਦੀ ਹੈਗੀ। ਅਸੀਂ ਇੱਥੋਂ ਘਣੀ ਦੇ ਬਾਂਗਰ ਮੇਰੇ ਪੇਕੇ ਆ, ਮੈਂ ਇਹਨਾਂ ਕੋਲ 3 ਮਹੀਨੇ ਕਰੀਬ 3 ਮਹੀਨੇ ਹੋ ਗਏ ਮੈਂ ਇਹਨਾਂ ਕੋਲ ਰਹਿਣ ਆਈ। ਮੇਰਾ ਘਰ ਵਾਲੇ ਨਾਲ 4-5 ਸਾਲ ਤੋਂ ਝਗੜਾ ਚੱਲਦਾ ਵਾ, ਮੈਂ ਆਪਣੇ ਪੇਕੇ ਰਹਿਣ ਦੀ ਆਪਣੇ ਭਰਾ ਦੇ ਕੋਲ, ਆਪਣੀ ਮੰਮੀ ਦੇ ਅਤੇ ਭਰਾ ਦੇ ਕੋਲ। ਇਹ ਮੇਰੇ ਨਾਲ ਮਤਲਬ ਬਹੁਤ ਗਲਤ ਗਲਤ ਹਰਕਤਾਂ ਕਰਦਾ। ਮੇਰਾ ਪ੍ਰਸ਼ਨ ਹੋਇਆ ਸੀ, ਮੇਰਾ ਘਰ ਵਾਲਾ ਗੁਰਮੀਤ ਸਿੰਘ ਅੱਡਾ ਝਬਾਲ ਦਾ, ਹਾਂਜੀ, ਅਤੇ ਇਹਦੀ ਜਿਹੜੀ ਮੰਮੀ ਆ ਨਾਲ ਉਹ ਵੀ ਇਹਦੇ ਫੁੱਲ ਸਪੋਰਟ ਕਰਦੀ ਆ। ਉੱਥੋਂ ਦਾ ਇੱਕ ਪਿੰਡ ਦਾ ਡਾਕਟਰ ਆ ਜੱਜ ਕੁਮਾਰ, ਉਹ ਕਹਿੰਦਾ ਮੇਰੀ ਧਰਮਵੀਰ MLA ਨਾਲ ਫੁੱਲ ਸਪੋਰਟ ਆ, ਉਹ ਸਾਡਾ ਕੁਛ ਬਣ ਨਹੀਂ ਦਿੰਦਾ। ਮੈਂ ਜਦੋਂ ਆਉਂਦੀ ਹਾਂ ਮੇਰਾ ਰਾਜ਼ੀਨਾਮਾ ਕਰਾ ਕੇ ਲੈ ਜਾਂਦੇ ਸੀ, ਉਹਦੇ ਨਾਂ ਦੇ ਜਿਹੜਾ ਰਾਜ਼ੀਨਾਮਾ ਹੋਇਆ ਸੀ ਉਹਨਾਂ ਦੇ ਦਸਤਖਤ ਹੋਏ ਮੇਰੇ ਕੋਲ ਪਏ ਨੇ। ਮੈਂ ਪਹਿਲਾਂ ਅਲੀਵਾਲ ਦਰਖਾਸਤ ਦਿੱਤੀ, ਮੇਰਾ ਕੋਈ ਨਹੀਂ ਹੋਇਆ ਬਣਿਆ, ਮਸਲਾ ਹੱਲ ਹੋਇਆ। ਘਣੀਏ ਕੇ ਬਾਂਗਰ ਦਰਖਾਸਤ ਦਿੱਤੀ, ਉੱਥੇ ਵੀ ਉਹ ਸਪੋਰਟ ਕਰਾ ਕੇ ਇੱਦਾਂ ਹੀ ਬਚ ਜਾਂਦਾ ਰਿਹਾ ਵਾ। ਫਿਰ ਹੁਣ ਮੈਂ ਮੇਰੀਆਂ ਫੋਟੋਆਂ ਗਰੁੱਪਾਂ 'ਚ ਮੇਰੀਆਂ ਮੇਰੀ ਭਰਜਾਈ ਦੀਆਂ ਮੇਰੀ ਭੈਣ ਦੀਆਂ ਨੰਬਰ ਪਾ ਕੇ ਗੰਦੇ ਗੰਦੇ ਗਰੁੱਪਾਂ 'ਚ ਫੋਟੋਆਂ ਪਾਈਆਂ, ਜੋ ਮੇਰੇ ਕੋਲ ਨੇ ਰਿਕਾਰਡਿੰਗਾਂ ਤੱਕ ਮੇਰੇ ਕੋਲ ਨੇ, ਕਿ ਤੁਹਾਨੂੰ ਵੱਢ ਦੇਣਾ ਵਾ, ਸਾਰੇ ਸਬੂਤ ਮੇਰੇ ਕੋਲ ਨੇ। ਉਹਦਾ ਜੱਜ ਡਾਕਟਰ ਆ ਉਹਦੀ ਵੀ ਰਿਕਾਰਡਿੰਗ ਹੈਗੀ ਆ ਕਿ ਲਾਇਸੈਂਸ ਬਣਾ ਕੇ ਦੇਣਾ, SSP ਦੇ ਪੇਸ਼ ਹੋ ਅਤੇ ਆਪਣਾ ਡਰੋਪ ਟੈਸਟ ਕਰਾ। ਜਿਹੜਾ ਮੇਰਾ ਘਰ ਵਾਲਾ ਵਾ ਉਹ ਨਸ਼ੇ ਵਗੈਰਾ ਕਰਦਾ ਵਾ, ਹੁਣ ਵੀ ਮੇਰੀ ਭਰਜਾਈ ਦੇ ਨਾਲ ਗਲਤ ਕੰਮ ਕਰਕੇ ਗਿਆ, ਮੇਰੀ ਰੰਜਿਸ਼ ਦਾ ਕਰਕੇ, ਮੇਰੇ ਭਰਾ ਦੇ ਦਾਤਰ ਨਾਲ ਕੁੱਟ ਮਾਰ ਕਰਕੇ ਗਿਆ, ਵੱਢ ਕੇ ਗਿਆ। ਅਸੀਂ ਬਹੁਤ ਗਰੀਬ ਹਾਂ, ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ, ਅਸੀਂ ਇਨਸਾਫ਼ ਚਾਹੁੰਦੇ ਹਾਂ। ਉਹ ਕਹਿੰਦਾ ਕਿ ਮੇਰੀ ਫੁੱਲ ਸਪੋਰਟ ਆ, ਤੂੰ ਜਿੱਥੇ ਮਰਜ਼ੀ ਭੱਜ ਲਾ, ਮੈਂ ਤੇਰੀ ਕੋਈ ਸੁਣਵਾਈ ਨਹੀਂ ਹੋਣ ਦੇਣੀ। ਕਿੰਨੇ ਜਣੇ ਆਏ ਸੀਗੇ? 3 ਜਣੇ ਆਏ। ਮੇਰੀ ਭੈਣ ਦਾ ਝਗੜਾ ਚੱਲਦਾ ਹੈ ਭਾਈ ਮੇਰੇ ਦਾ। ਕੀ ਨਾਮ ਭਾਈ? ਗੁਰਮੀਤ ਸਿੰਘ। ਕਿੱਥੋਂ ਰਹਿਣ ਵਾਲਾ? ਝਬਾਲ ਦਾ। ਕੀ ਹੋਇਆ? ਉਹਨੇ ਮੇਰੇ ਦਾਤਰ ਮਾਰੇ ਆ, ਮੇਰੀ ਘਰਵਾਲੀ ਦੀ ਇੱਜ਼ਤ ਲੁੱਟੀ ਆ, ਮੇਰੀ ਕੁੜੀ ਨਾ ਵੀ ਵੀ ਗਲਤ ਆਉਂਦਾ, ਤੇਰੀ ਕੁੜੀ ਦੀ ਵੀ ਇੱਜ਼ਤ ਲੁੱਟ ਲੈਣੀ ਮੈਂ। ਕਿੰਨੇ ਸਾਲ ਦੀ? 6 ਸਾਲਾਂ ਦੀ। ਅਤੇ ਕਿੰਨੇ ਵਜੇ ਵਾਰ ਦਾ? 1:15 ਦੀ। ਉਹ ਇਕੱਲਾ ਹੀ ਆਏ? ਉਹ 3 ਜਣੇ ਆਏ, ਤਾਂ ਹੀ ਥਾਣੇ ਪਹਿਲਾਂ ਰਿਪੋਰਟ ਦਿੱਤੀ, ਉਹਨਾਂ ਸੁਣਾਈ ਨਹੀਂ ਕੀਤੀ ਸਾਡੀ। ਅਤੇ ਹੁਣ ਤੁਸੀਂ ਕੰਪਲੇਂਟ ਕੀਤੀ ਹੈ? ਹਾਂਜੀ, ਕੀਤੀ ਪੁਲਿਸ ਵਾਲਿਆਂ ਨੂੰ, ਉਹ ਅਜੇ ਤੱਕ ਆਏ ਨਹੀਂ। ਅਤੇ ਤੁਹਾਡੇ ਘਰ ਆ ਕੇ ਕੀ ਕੀਤਾ ਉਹਨਾਂ ਨੇ? ਤੁਹਾਡਾ ਮੇਰੇ ਦਾਤਰ ਮਾਰੇ ਆ, ਮੇਰੀ ਘਰਵਾਲੀ ਦੀ ਇੱਜ਼ਤ ਲੁੱਟੀ ਆ। ਅਤੇ ਤੁਸੀਂ ਉਹ ਕਿੱਥੇ ਘਰ ਦੀ ਗੱਲ? ਮੈਂ ਮੈਨੂੰ ਚੁੰਨੀਆਂ ਨਾਲ ਬੱਧਾ, ਬਾਹਾਂ ਬੱਧੀਆਂ ਮੈਂ। ਇਹ ਕਸਬਾ ਘਣੀਏ ਕਿ ਬਾਂਗਰ ਵਿਖੇ ਬੀਤੀ ਰਾਤ ਸਮਾਂ ਕਰੀਬ 1-2 ਵਜੇ ਪ੍ਰਦੀਪ ਸਿੰਘ ਸਾਨੋ ਮਨਜੀਤ ਸਿੰਘ, ਜੋ ਕਿ ਘਣੀਏ ਕ ਬਾਂਗਰ ਦਾ ਰਹਿਣ ਵਾਲਾ ਆ, ਆਪਣੇ ਪਰਿਵਾਰ ਅਤੇ ਇੱਕ ਬੱਚੀ ਸਮੇਤ ਰਹਿੰਦਾ ਆ,
उसका जीजा गुरमीत सिंह सन ऑफ जोगा सिंह वासी झबाल अड्डा जो प्रदीप सिंह दी सिस्टर दे नाल उहदा परिवारिक डिस्प्यूट चलता आ और अज दी रात जिहड़ी बीती रात आ जिहड़ा गुरमीत सिंह आ वो अपने दो साथियों नाल इन्हां दे घर विखे कणीके बांगर विखे आया और प्रदीप सिंह दे उसने काफ़ी सट्टा लाइया सिर विच सट्ट आ लाते सट्ट आ होर भी शरीर ते गुझियां सट्टां ने और परिवार दी एलीगेशन है कि जो प्रदीप सिंह दी धर्मपत्नी आ उस दे नाल उस दी मर्जी तो बिना जबरदस्ती नाल गुरमीत सिंह ने उस नाल बलात्कार किया आ जो पुलिस इन्वेस्टिगेशन कर रही आ और पीड़ित दे बयान लैके बनदी कानूनी कार्रवाई वो अमल च लिया रहे हैं। दुखी भैन भरावां दे मसीहा पंजाब दे मशहूर ज्योतिष 50 सालां दा महान तजर्बा स्वामी शुक्राचार्या महाकाली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा प्रेम ब्याह च रुकावट सौदन दुश्मन दा खात्मा विदेश च पक्का होना कीता कराया गुप्त वशीकरण कराओ रुसे प्रेमी प्रेमिका नूं अपने बस च करो लाटरी नंबर पाओ भावें 649 होवे जां लुटो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटण नहीं देवांगा संपर्क करो 9879004431।